ਡਾਕਟਰ ਨਿਰੰਦਰ ਸਿੰਘ ਕਪੂਰ ਦਾ ਵਿਸ਼ਾ ਬਹਾਦਰਾਂ ਦੀ ਸਵਾਰੀ ਘੋੜਾ ਘੋੜੇ ਦੀ ਸਵਾਰੀ ਨਾਲ ਆਜ਼ਾਦੀ ਦਾ ਸਵਾਦਲਾ ਅਨੁਭਵ ਹੁੰਦਾ ਹੈ ਮਨੁੱਖ ਵਿੱਚ ਜਿਹੋ ਜੀ ਦਲੇਰੀ ਤਸੱਲੀ ਪਰਸੰਤਾ ਤੇ ਸਵੈ ਵਿਸ਼ਵਾਸ ਘੋੜਾ ਉੱਜਾਂਦਾ ਉਹਦੀ ਕੋਈ ਰੀਸ ਨਹੀਂ ਕੋਈ ਸਮਾਂ ਸੀ ਜਦੋਂ ਪੁਰਸ਼ ਨੂੰ ਮਰਦ ਅਖਾਉਣ ਲਈ ਉਹਦਾ ਘੋੜ ਸਵਾਰ ਹੋਣਾ ਪਹਿਲੀ ਸ਼ਰਤ ਹੁੰਦੀ ਸੀ ਮਨੁੱਖੀ ਸભ્યਤਾ ਦਾ ਇਤਿਹਾਸ ਘੋੜੇ ਦੀ ਪਿੱਠ ਤੇ ਉਕਰਿਆ ਹੋਇਆ ਹੈ ਤੇ ਮਨੁੱਖ ਨੂੰ ਸભ્યਕ ਤੇ ਬਹਾਦਰ ਬਣਾਉਣ ਦਾ ਸਿਹਰਾ ਘੋੜੇ ਦੇ ਸਿਰ ਵੱਜਦਾ ਹੈ ਘੋੜੇ ਤੋਂ ਭਾਵ ਹੈ ਫੁਰਤੀ ਲਾਪਨ ਰਫਤਾਰ ਆਗਿਆ ਪਾਲਣ ਤੇ ਵਫਾਦਾਰੀ ਕੁੱਤਾ ਮਨੁੱਖ ਪ੍ਰਤੀ ਵਫਾਦਾਰ ਹੈ ਪਰ ਘੋੜਾ ਮਨੁੱਖ ਦਾ ਭਰੋਸੇਮੰਦ ਸਾਥੀ ਵੀ ਹੈ ਘੋੜੇ ਦੀ ਤੇਜ਼ ਰਫਤਾਰ ਸ਼ੇਰ ਤੇ ਚੀਤੇ ਦੀ ਸਰਜੀ ਹੋਈ ਹੈ ਜਿਨ੍ਹਾਂ ਤੋਂ ਬਚਣ ਲਈ ਘੋੜੇ ਨੇ ਤੇਜ਼ ਦੌੜਨ ਦੀ ਯੋਗਤਾ ਉਕਝਾਈ ਘੋੜਾ ਬੜੀ ਸੰਤੁਲਿਤ ਸਵਾਰੀ ਹੈ ਇਹ ਸਵਾਰ ਨੂੰ ਡਿੱਗਣ ਨਹੀਂ ਦਿੰਦੀ ਘੋੜਾ ਮਨੁੱਖ 'ਚ ਡਰ ਭੌ ਕੱਢ ਕੇ ਉਹਨੂੰ ਦਲੇਰ ਤੇ ਸਾਸੀ ਬਣਾਉਂਦਾ ਹੈ ਘੋੜੇ ਦੀ ਸਵਾਰੀ ਵਿਕਲੰਗਾਾਂ ਤੇ ਮੰਦ ਬੁੱਧੀ ਵਾਲੇ ਰੋਗੀਆਂ ਲਈ ਇਲਾਜ ਸਾਬਤ ਹੁੰਦੀ ਹੈ ਇਹਦੀ ਸਵਾਰੀ ਕਰਦਿਆਂ ਮਾਨਸਿਕ ਰੋਗੀ ਸੰਤੁਲਨ ਤੇ ਤਾਲਮੇਲ ਉਸਾਰ ਕੇ arogh ਹੋ ਜਾਂਦੇ ਹਨ ਇਹਦੀ ਸਵਾਰੀ ਨਾਲ ਤੋਖਲਿਆਂ ਤੇ ਦੁਚਿੱਤੀਆਂ ਤੋਂ छुटਕਾਰਾ ਮਿਲਦਾ ਹੈ ਮਨੁੱਖ 'ਚ ਜੀਵਨ ਨੂੰ ਬਦਲ ਦੇਣ ਵਾਲੀਆਂ ਤਬਦੀਲੀਆਂ ਵਾਪਰਦੀਆਂ ਹਨ ਘੋੜੇ ਤੇ ਮਨੁੱਖ ਦੇ ਪਰਸਪਰ ਰਿਸ਼ਤੇ ਨੇ ਦੋਹਾਂ ਨੂੰ ਬਦਲਿਆ ਹੈ ਇਹਦੇ ਸੰਪਰਕ ਚਾਕੇ ਪਿੱਛੇ ਲੱਗ ਮਨੁੱਖ ਆਗੂ ਬਣ ਜਾਂਦੇ ਹਨ ਪਸ਼ੂਆਂ ਵਿੱਚੋਂ ਮਨੁੱਖ ਨੂੰ ਕੇਵਲ ਸ਼ੇਰ ਤੇ ਘੋੜਾ ਘਵਾਉਣਾ ਪਰਵਾਨ ਹੈ ਘੋੜੇ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ ਠੰਡੇ ਲਹੂ ਵਾਲੇ ਘੋੜੇ ਹੌਲੀ ਚੱਲਣ ਕਾਰਨ ਖੇਤੀ ਤੇ ਭਾਰ ਢੋਣ ਲਈ ਵਰਤੇ ਜਾਂਦੇ ਹਨ ਨਿੱਗੇ ਲਹੂ ਵਾਲੇ ਘੋੜੇ ਮਨੋਰੰਜਨ ਖੇਡਾਂ ਤੇ ਸਵਾਰੀ ਲਈ ਵਰਤੇ ਜਾਂਦੇ ਹਨ ਤੇ ਗਰਮ ਲਹੂ ਵਾਲੇ ਘੋੜੇ ਫੁਰਤੀਲੇ ਪਹਾਦਰ ਤੇ ਅਨਥਕ ਹੋਣ ਕਾਰਨ ਸ਼ਿਕਾਰ ਘੋੜ ਦੌੜ ਤੇ ਮੁਕਾਬਲਿਆਂ ਲਈ ਵਰਤੇ ਜਾਂਦੇ ਹਨ ਅਜੋਕੇ ਆਲੰਪਿਕ ਖੇਡਾਂ 'ਚ ਲਗਭਗ 20 골ਡ ਮੈਡਲ ਘੋੜਿਆਂ ਦੀਆਂ ਖੇਡਾਂ ਤੇ ਕਰਤਬਾਂ ਨਾਲ ਸੰਬੰਧਿਤ ਹਨ ਘੋੜਿਆਂ ਦੀਆਂ ਦੌੜਾਂ ਵੱਡੇ ਸ਼ਹਿਰਾਂ ਦੀਆਂ ਕਰੋੜਾਂ ਦੀਆਂ ਸ਼ਰਤਾਂ ਵਾਲੇ ਲੱਖਾਂ ਲੋਕਾਂ ਦੇ ਮਨੋਰੰਜਨ ਤੇ ਹਜ਼ਾਰਾਂ ਲੋਕਾਂ ਲਈ ਰੋਜ਼ਗਾਰ ਦਾ ਵਸੀਲਾ ਹਨ ਅਜੋਕੇ ਦੌਰ 'ਚ ਘੋੜੇ ਨਾਲ ਸੰਪਰਕ ਟੁੱਟ ਜਾਣ ਕਾਰਨ ਮਨੁੱਖជា ਇਨਸਾਨੀ ਗੁਣਾਂ ਦੀ ਘਾਟ ਨਜ਼ਰ ਆਉਂਦੀ ਹੈ। ਘੋੜਾ ਤੇ ਘੋੜਸਵਾਰ ਇੱਕ ਦੂਜੇ ਦਾ ਵਿਸ਼ਵਾਸ ਜਿੱਤਦੇ ਰਹੇ ਹਨ। ਜੋ ਤਸੱਲੀ ਮਨੁੱਖ ਨੂੰ ਘੋੜੇ ਦੀ ਸਵਾਰੀ ਤੋਂ ਮਿਲਦੀ ਹੈ ਉਹ ਮੋਟਰਸਾਈਕਲ ਜਾਂ ਕਾਰ ਤੋਂ ਨਹੀਂ ਮਿਲਦੀ। ਘੋੜੇ ਤੇ ਬੈਠਾ ਸਵਾਰ ਅਸਲ ਨਾਲੋਂ ਚੰਗੇਰਾ, ਉੱਚਾ ਤੇ ਰੋਹ ਵਾਲਾ ਦਿਸਦਾ ਹੈ। ਜਦ ਕਿ ਕਾਰ 'ਚ ਬੈਠਾ ਵਿਅਕਤੀ ਅਸਲ ਨਾਲੋਂ ਨੀਵਾਂ, ਸੁੰਘੜਿਆ ਤੇ ਦਬਕਿਆ ਹੋਇਆ ਪ੍ਰਤੀਤ ਹੁੰਦਾ ਹੈ। ਇੱਕ ਸਦੀ ਪਹਿਲਾਂ ਤੱਕ ਜਦ ਘੋੜਿਆਂ ਘੋੜੀਆਂ ਦੇ ਸਵਾਰ ਹੋ ਕੇ ਜਵਾਨ ਨਿਕਲਦੇ ਸਨ ਤਾਂ ਆਪਣੀਆਂ ਪ੍ਰੇਮਕਾਵਾਂ ਦੀਆਂ ਘਟ ਘੋੜੀਆਂ ਦੀਆਂ ਗੱਲਾਂ ਵਧੇਰੇ ਕਰਦੇ ਸਨ ਉਦੋਂ ਸਹਿਬਾਂ ਵਰਗੀਆਂ ਮਿਰਜ਼ੇ ਵਰਗੀਆਂ ਮਿਰਜ਼ੇ ਵਰਗੇ ਘੋੜਸਵਾਰਾਂ ਨਾਲ ਉਧਲਣ ਦੀ ਰੀਝ ਪਾਲਦੀਆਂ ਸਨ ਤੇ ਤੇਜ਼ ਦੌੜਨ ਵਾਲੀ ਘੋੜੀ ਤੇ ਉਛਲਦੇ ਉਹਨਾਂ ਦੇ ਸਰੀਰ ਜਦੋਂ ਆਪਸ ਵਿੱਚ ਭਿੱੜਦੇ ਸਨ ਤਾਂ ਉਹਨਾਂ ਨੂੰ ਅਸਮਾਨ ਜਿੰਨੇ ਉੱਚੇ ਝੂਟਿਆਂ ਦਾ ਆਨੰਦ ਆਉਂਦਾ ਸੀ ਇਸੇ ਲਈ ਘੋੜੇ ਸਾਡੇ ਲੋਕ ਗੀਤਾਂ ਤੇ ਲੋਕ ਕਹਾਣੀਆਂ ਦੇ ਨਾਇਕ ਬਣੇ ਹਨ ਜਿਨ੍ਹਾਂ ਨੇ ਘੋੜੇ ਦੀ ਸਵਾਰੀ ਨਹੀਂ ਕੀਤੀ ਉਹ ਆਪਣੇ ਆਪ ਨੂੰ ਪੁਰਸ਼ ਤਾਂ ਕਹਾ ਸਕਦੇ ਐ ਪਰ ਮਰਦ ਨਹੀਂ ਅਖਵਾ ਸਕਦੇ ਘੋੜਾ ਡਰ ਤੇ ਹੱਸਦਾ ਹੈ ਆਲਸ ਤਾਂ ਇਹਨੂੰ ਪਤਾ ਹੀ ਨਹੀਂ ਨਗਾਰਾ ਵੱਜਦਾ ਹੋਵੇ ਇਹਦੀਆਂ ਲੱਤਾਂ ਫਰਕਣ ਲੱਗ ਪੈਂਦੀਆਂ ਐ ਇਹ ਆਪ ਬਹਾਦਰ ਐ ਸੋ ਇਹ ਦਲੇਰ ਸਵਾਰੀ ਨੂੰ ਹੀ ਪਸੰਦ ਕਰਦਾ ਐ ਇਹ ਪਹਾੜ ਜਾਂ ਜੰਗਲ 'ਚੋਂ ਆਪਣੇ ਗਵਾਚੇ ਮਾਲਕ ਨੂੰ ਲੱਭ ਲੈਂਦਾ ਐ ਤੇ ਮਾਲਕ ਦੀ ਮੁਸੀਬਤ ਨੂੰ ਆਪਣੀ ਮੁਸੀਬਤ ਬਣਾ ਲੈਂਦਾ ਐ ਆਪਣੀ ਜਾਨ ਨੂੰ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦੇ ਆਏ ਹਰ ਸਥਿਤੀ ਵਿੱਚ ਆਪਣੇ ਮਾਲਕ ਦੇ ਹਰੇਕ ਹੁਕਮ ਨੂੰ ਮੰਨਦਾ ਹੈ ਸੰਸਾਰ ਤੇ ਰਾਜ ਕਰਨ ਵਾਲੇ ਯੂਰਪ ਦੇ ਸਾਰੇ ਸ਼ਾਹੀ ਘਰਾਣੇ ਹੁਣ ਵੀ ਘੋੜੇ ਪਾਲਦੇ ਤੇ ਘੋੜਸਵਾਰੀ ਕਰਦੇ ਹਨ 4 ਤੋਂ 16 ਘੋੜਿਆਂ ਵਾਲੀ ਬੱਗੀ ਸੰਸਾਰ ਚ ਬਾਦਸ਼ਾਹਾਂ ਤੇ ਮਹਾਰਾਣੀਆਂ ਦੀ ਸਲਤਨਤ ਦਾ ਅਕਾਰ ਦੱਸਦੀ ਰਹੀ ਹੈ ਘੋੜੇ ਦੀ ਕਾਠੀ ਸੰਤੁਲਨ ਲਈ ਤੇ ਲਗਾਮ ਕੰਟਰੋਲ ਲਈ ਹੁੰਦੀ ਹੈ ਜਿਹੜੀ ਇਸਤਰੀ ਘੋੜਾ ਕੰਟਰੋਲ ਕਰ ਲੈਂਦੀ ਹੈ ਡਰ ਭੌਤੋਂ ਮੁਕਤ ਹੋਣ ਕਾਰਨ ਉਹ ਨੂੰ ਪਤੀ ਦੀਆਂ ਲਗਾਵਾਂ ਖਿੱਚਣੀਆਂ ਵੀ ਆ ਜਾਂਦੀਆਂ ਹਨ ਅਜਈਆਂ ਇਸਤਰੀਆਂ ਮਰਦਾਂ ਦੀ ਆਗੂ ਬਣਦੀਆਂ ਹਨ ਰਜ਼ੀਆ ਸੁਲਤਾਨ ਤੇ ਰਾਣੀ ਚਾਂਸੀ ਨਿਪੁੰਨ ਘੋੜਸਵਾਰ ਸਨ ਨਿਪੁੰਨ ਘੋੜਸਵਾਰ ਫੌਜ ਯੁੱਧ ਦਾ ਪਾਸਾ ਪਲਟ ਦਿੰਦੀ ਰਹੀ ਸਿਕੰਦਰ ਕੋਲ 10000 ਬਹਾਦਰਾਂ ਦੀ ਘੋੜਸਵਾਰ ਫੌਜ ਸੀ ਸਿਕੰਦਰ ਨੇ ਆਪਣੇ ਜੀਵਨ ਹਰੇਕ ਲੜਾਈ ਇਸ ਪੈਂਤੜੇ ਨਾਲ ਜਿੱਤੀ ਸੀ ਕਿ ਉਹ ਹੌਲੀ-ਹੌਲੀ ਲੜਾਈ ਨੂੰ ਫੈਸਲਾ ਕੁੰਨ ਮੋੜ ਤੇ ਲਿਆ ਕੇ ਯੁੱਧ ਦੇ ਮੈਦਾਨ 'ਚ ਆਪਣੇ ਘੋੜਸਵਾਰ ਫੌਜ ਉਤਾਰਦਾ ਸੀ ਜਿਹੜੀ ਸਿਕੰਦਰ ਦੀ ਜਿੱਤ ਸਿਰਜ ਦਿੰਦੀ ਸੀ ਸਿਕੰਦਰ ਦੇ ਘੋੜੇ ਖੰਭਾਂ ਤੋਂ ਬਿਨਾ ਉੱਡਦੇ ਸਨ ਤਲਵਾਰ ਤੋਂ ਬਿਨਾ ਲੜਦੇ ਸਨ ਉਹ ਇਸ ਹਦਿਆਂ ਨੂੰ ਨੇੜੇ ਲਿਆ ਕੇ ਅਸਮਾਨ ਨੂੰ ਧਰਤੀ ਤੇ ਉਤਾਰ ਦਿੰਦੇ ਸਨ ਘੋੜਿਆਂ ਦੀ ਰਫ਼ਤਾਰ ਘੋੜਸਵਾਰਾਂ ਦੀ ਰਫ਼ਤਾਰ ਬਣ ਜਾਂਦੀ ਸੀ ਘੋੜੇ ਤੇ ਚੜਿਆਉਂਦਾ ਨੈਪੋਲੀਅਨ 75000 ਹਥਿਆਰਬੰਦ ਫੌਜੀਆਂ ਦੇ ਬਰਾਬਰ ਸਮਝਿਆ ਜਾਂਦਾ ਸੀ ਜੇ ਕਿਸੇ ਵਿਅਕਤੀ 'ਚ ਘੋੜੇ ਤੇ ਬਹਿ ਕੇ ਸਵੈ ਵਿਸ਼ਵਾਸ ਨਹੀਂ ਉਪਜਦਾ ਤਾਂ ਇਹ ਹੋਰ ਕਿਸੇ ਢੰਗ ਨਾਲ ਨਹੀਂ ਉਪਜੇਗਾ ਸੰਸਾਰ ਦੇ ਪ੍ਰਸਿੱਧ ਯੋਧੇ ਤੇ ਜਰਨੈਲ ਬਚਪਨ ਵਿੱਚ ਹੀ ਘੋੜਸਵਾਰੀ ਕਰਨ ਲੱਗ ਪਏ ਸਨ ਉਹਨਾਂ ਵਾਂਗ ਉਹਨਾਂ ਦੇ ਘੋੜੇ ਵੀ ਪ੍ਰਸਿੱਧ ਸਿਕੰਦਰ, ਨੈਪੋਲੀਅਨ, ਗੁਰਗੋਬਿੰਦ ਸਿੰਘ, ਅਬਦਾਲੀ, ਮਹਾਰਾਜਾ ਰਣਜੀਤ ਸਿੰਘ ਆਦ ਆਪ ਘੋੜਸਵਾਰਤਾ ਸਾਨੀ ਇਹ ਘੋੜਿਆਂ ਦੇ 파ਰਖੂ ਵੀ ਸਨ ਬਾਦਸ਼ਾਹਾਂ ਤੇ ਬਹਾਦਰਾਂ ਨੂੰ ਲੋਕ ਚੰਗੇ ਘੋੜੇ ਭੇਟ ਕਰਦੇ ਰਹੇ ਹਨ ਮਨੁੱਖੀ ਸਮਾਜ ਦੇ ਵਿਕਾਸ ਵਿੱਚ ਘੋੜੇ ਦਾ ਯੋਗਦਾਨ ਵੱਡਮੁੱਲਾ ਹੈ ਮਨੁੱਖ ਨੇ ਘੋੜਿਆਂ ਨਾਲ ਹੋਰ ਪਸ਼ੂਆਂ ਦੇ ਜਿਹੜਾ ਨੂੰ ਕਾਬੂ ਕਰਨਾ ਸਿੱਖਿਆ ਖੇਤੀ ਵਿਵਸਥਾ ਤੋਂ ਪਹਿਲਾਂ ਮਨੁੱਖਾਂ ਕੋਲ ਉਹਦਾ ਕੇਵਲ ਸਰੀਰਕ ਬਲ ਸੀ ਜਿਸ ਕਾਰਨ ਉਹ 4-5 ਮੀਲ ਦੇ ਘੇਰੇ 'ਚ ਵਿਚਰਦਾ ਸੀ ਖੇਤੀ ਵਿਵਸਥਾ ਉਦੋਂ ਸੰਭਵ ਹੋਈ ਜਦੋਂ ਮਨੁੱਖ ਨੇ ਆਪਣੇ ਸਰੀਰਕ ਬਲ ਦੇ ਨਾਲ ਪਸ਼ੂ ਬਲ ਵਰਤਣਾ ਆਰੰਭ ਕੀਤਾ ਤੇ ਘੋੜਾ ਵਰਤ ਕੇ ਮਨੁੱਖ ਨੇ ਆਪਣਾ ਅਨੁਭਵ ਖੇਤਰ 40-50 ਮੀਲ ਵਿਸ਼ਾਲ ਕਰ ਲਿਆ ਘੋੜੇ ਦੇ ਸਹਿਯੋਗ ਨਾਲ ਮਨੁੱਖ ਨੇ ਉਠਾ ਹਾਥੀਆਂ ਬਲਦਾਂ ਗਊਆਂ ਮੱਜਾਂ ਨੂੰ ਸਾਧਣਾ ਤੇ ਸੰਭਣਾ ਆਰੰਭਿਆ ਘੋੜੇ ਦੇ ਸਾਥ ਨਾਲ ਮਨੁੱਖ ਦਾ ਕਾਰਜ ਖੇਤਰ ਫੈਲਿਆ ਤੇ ਮਨੁੱਖ ਦੀ ਆਲੇ ਦੁਆਲੇ ਵਿਚਰਨ ਤੇ ਨੂੰ ਬਦਲਣ ਦੀ ਸਮਰੱਥਾ ਵਧੀ ਘੋੜੇ ਦੀ ਸਵਾਰੀ ਕਰਦਿਆਂ ਮਨੁੱਖ ਨੇ ਨਵੀਆਂ ਧਰਤੀਆਂ ਲੱਭੀਆਂ ਸੰਸਾਰ ਦੇ ਬਹੁਤੇ ਪਹਾੜੀ ਸ਼ਹਿਰਾਂ ਤੇ ਅਜੋਕੇ ਡੈਮਾਂ ਦੀ ਉਸਾਰੀ ਵਾਸਤੇ ਥਾਵਾਂ ਦੇ ਨਿਸ਼ਾਨਦੇਹੀ ਘੋੜਸਵਾਰਾਂ ਨੇ ਕੀਤੀ ਹੈ। ਭਾਰਤ ਵਿੱਚ Shimla ਤੇ Paakra Dam ਦੇ ਸਥਾਨ ਨੂੰ ਅੰਗਰੇਜ਼ ਘੋੜਸਵਾਰਾਂ ਨੇ ਲੱਭਿਆ ਸੀ। ਘੋੜਾ ਸਾਡੇ ਸੱਭਿਆਚਾਰ ਦਾ ਵੀ ਅੰਗ ਹੈ। ਵਿਆਹ ਸਮੇਂ ਲਾੜਾ ਘੋੜੀ ਤੇ ਚੜ ਕੇ ਰਾਜੇ ਜਾਂ ਰਾਜਕੁਮਾਰ ਵਾਂਗ ਆਉਂਦਾ ਹੈ। ਲਾੜਾ ਘੋੜੀ ਤੇ ਇਸ ਲਈ ਬਿਠਾਇਆ ਜਾਂਦਾ ਹੈ ਤਾਂ ਕਿ ਉਹਦੇ ਮਰਦ ਹੋਣ ਉਹਦੀ ਸਮੁੱਚੀ ਸਿਹਤ ਦੀ ਤਸਦੀਕ ਹੋ ਜਾਵੇ। ਜੇ ਲਾੜੇ ਦੇ ਗੋਡੇ ਮੋਢੇ ਹੱਥ ਕੋਹਣੀ ਲੱਤ ਪੈਰ 'ਚ ਕੋਈ ਨੁਕਸ ਹੋਏਗਾ ਘੋੜੀ ਤੂੰ ਉਤਰ ਨਹੀਂ ਸਕੇਗਾ ਡਿੱਗੇਗਾ ਘੋੜੇ 'ਚ ਬੜੀ ਤਾਕਤ ਹੁੰਦੀ ਹੈ ਇਹਨੂੰ ਤਾਕਤਵਰ ਵਿਅਕਤੀ ਹੀ ਕਾਬੂ ਕਰ ਸਕਦਾ ਹੈ ਮੱਧ ਕਾਲ 'ਚ ਘੋੜੇ ਆਬਾਦੀਆਂ 'ਚ ਰੱਖੇ ਜਾਣ ਲੱਗ ਪਏ ਸਨ ਉਹਨਾਂ ਸਮਿਆਂ 'ਚ ਦੂਰ ਦੁਰਾਡੀਆਂ ਥਾਵਾਂ ਤੇ ਜਾਣ ਲਈ ਘੋੜਾ ਇੱਕ ਮਾਤਰ ਭਰੋਸੇਯੋਗ ਸਾਧਨ ਹੋਇਆ ਕਰਦਾ ਸੀ ਯੁੱਧ ਦੇ ਮੈਦਾਨ 'ਚ ਯੁੱਧ ਦੇ ਘੋੜਿਆਂ ਤੇ ਜਾਂਦੇ ਸਨ ਤੇ ਉਹਨਾਂ ਦੇ ਜਿੱਤ ਦੇ ਜਲੂਸ ਹਾਥੀਆਂ ਤੇ ਨਿਕਲਦੇ ਸਨ ਜਿਨ੍ਹਾਂ ਦੇ ਅੱਗੇ ਕੋਤਲ ਘੋੜੇ ਚੱਲਦੇ ਸਨ ਉਸ ਸਮੇਂ ਜਿਸ ਕੋਲ ਚੰਗਾ ਘੋੜਾ ਜਾਂ ਘੋੜੀ ਹੁੰਦੀ ਸੀ ਉਸ ਮਾਲਕ ਦਾ ਸਿਰ ਇੱਕ ਗੱਠ ਉੱਚਾ ਹੋ ਜਾਂਦਾ ਸੀ ਪੰਜਾਬ ਤੇ ਘੋੜੀ ਜੱਟ ਦੀ ਸ਼ਾਨ ਹੁੰਦੀ ਸੀ ਜਦੋਂ ਕੋਈ ਸ਼ੌਕੀਨ ਜੱਟ ਰੇਸ਼ਮੀ ਡੋਰੀਆਂ ਨਾਲ ਸਜੀ ਹੋਈ ਘੋੜੀ ਤੇ ਚੜ ਕੇ ਮੇਲੇ ਜਾਂਦਾ ਸੀ ਤਾਂ ਸਾਰਾ ਮੇਲਾ ਉਹਦੇ ਮਗਰ ਲੱਗ ਜਾਂਦਾ ਸੀ ਧੰਨਵਾਦ ਚਲਦਾ